ਹੱਸਣਾ ਕੁਦਰਤ ਵੱਲੋਂ ਇਨਸਾਨ ਨੂੰ ਬਖਸ਼ੀ ਸਭ ਤੋਂ ਅਨਮੋਲ ਨਿਆਮਤ ਹੈ। ਹੱਸਣ ਦਾ ਗੁਣ ਇਸ ਧਰਤੀ 'ਤੇ ਸਿਰਫ ਇਨਸਾਨ ਨੂੰ ਹੀ ਨਹੀਂ ਮਿਲਿਆ, ਹੱਸਣਾ ਹਸਾਉਣਾ ਅਤੇ ਹੱਸਦੇ ਹੱਸਦੇ ਜ਼ਿੰਦਗੀ ਨੂੰ ਬਿਤਾ ਦੇਣਾ ਹੀ ਜ਼ਿੰਦਗੀ ਜੂਣ ਦਾ ਅਸਲ ਢੰਗ ਹੈ। ਇਹ ਸਾਰੇ ਵਿਚਾਰ ਹਨ ਅੰਮ੍ਰਿਤਸਰ ਦੀ ਧਰਤੀ ਦੀ ਜੰਮਪਲ ਇੱਕ ਬਹੁਤ ਹੀ ਉਮਦਾ ਸ਼ਖਸੀਅਤ, ਕਲਾਕਾਰ ਅਤੇ ਉਸ ਤੋਂ ਵੀ ਵੱਧ ਕੇ ਇੱਕ ਉਮਦਾ ਇਨਸਾਨ ਰਾਜੀਵ ਠਾਕੁਰ ਜੀ। ਛੁੱਟੀਆਂ ਜੋ ਹਰ ਆਦਮੀ ਕੋ ਚਾਹੀਏ ਹੋਤੀ ਹੈ, लेकिन मुझे लगता है आदमियों से ज्यादा ना सबसे ज्यादा खुशी होती है छुट्टियों की बच्चों को। जब स्कूल से छुट्टी मिलती है ना, बच्चे सबसे ज्यादा खुश होते हैं, लेकिन अगर उसी दिन उनके बाप को छुट्टी मिल जाए ना, तो बच्चे सबसे ज्यादा दुखी होते हैं। राजीव ठाकुर ने पिछले एक दहाके दे विच कॉमेडियन ते बेहतरीन कलाकार दे तौर ते अमृतसर दा नाम रोशन किया है। उन्होंने अपनी बाकमाल कॉमेडी ते हाजिर जवाबी दे नाल लोकां दा दिल जीत लिया है। असीं शुरू कीता सीगा MH1 ते हसदे हसांदे रहो, जिहदे विच असीं ਕੋਸ਼ਿਸ਼ ਕੀਤੀ ਸੀਗੀ ਕਿ ਇੱਕ ਨਵੇਂ ਤਰ੍ਹਾਂ ਦੀ ਕਾਮੇਡੀ ਪੇਸ਼ ਕੀਤੀ ਜਾਵੇ। ਫਿਰ ਉਹਦੇ ਦੌਰਾਨ ਹੀ ਸਾਨੂੰ ਇੱਕ ਓਪਰਚੁਨਿਟੀ ਮਿਲੀ 2007 ਦੇ ਵਿੱਚ, ਜਦੋਂ ਲਾਫਟਰ ਚੈਲੇਂਜ ਦੇ ਆਡੀਸ਼ਨ ਅੰਮ੍ਰਿਤਸਰ ਦੇ ਵਿੱਚ ਹੋ ਗਏ ਸੀ। ਅਤੇ ਰੱਬ ਦੀ ਦਇਆ ਨਾਲ ਫਿਰ ਉਹੀ ਗੱਲ ਹੋਈ, ਸਾਰੇ ਯਾਰ ਅਸੀਂ ਆਡੀਸ਼ਨ ਦੇਣ ਚਲੇ ਗਏ ਅਤੇ ਸਾਰੇ ਯਾਰ ਹੀ ਸਿਲੈਕਟ ਹੋ ਗਏ। ਪਰ ਉਹ ਜਿਹੜਾ ਇੱਕ ਮਹੀਨਾ ਸੀ, ਬੜੀ ਮਿਹਨਤ ਕੀਤੀ ਅਸੀਂ, ਸੋ ਉਹ ਮਿਹਨਤ ਨੂੰ ਰੱਬ ਨੇ ਭਾਗ ਲਾਏ। ਸੋ ਉਹ ਮਿਹਨਤ ਕਰਨ ਦੀ ਐਸੀ ਆਦਤ ਪਈ ਕਿ ਅੱਜ ਤੱਕ ਅਸੀਂ ਮਿਹਨਤ ਕਰੀ ਜਾ ਰਹੇ ਹਾਂ। ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਉਹਨਾਂ ਦੇ ਹੋਰ ਸਾਥੀ ਕਲਾਕਾਰ ਜਿਵੇਂ ਕਿ ਕਪਿਲ, ਸੁਦੇਸ਼, ਭਾਰਤੀ, ਚੰਦਨ ਵੀ ਕਾਮੇਡੀਅਨ ਦੇ ਤੌਰ 'ਤੇ ਮੁੰਬਈ ਵਿੱਚ ਸਥਾਪਿਤ ਹੋ ਚੁੱਕੇ ਹਨ। ਪਰ ਰਾਜੀਵ ਠਾਕੁਰ ਨੇ ਆਪਣੀ ਐਕਟਿੰਗ ਅਤੇ ਅਦਾਕਾਰੀ ਦੇ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ ਹੈ। वो एक सवाल पूछना था, वो अपरा मेहता को भी तो पकड़ा था ना, वो थी वहाँ पे पत्थरों के पीछे, उसे जीप में क्यों नहीं बिठाया? बिठाया, जीप की चीख निकल गई। सन 2007 विच सब तो पहला MH1 चैनल ते हसते हसाउंदे रहो राही अपना सफर दा आगाज कीता, ते फिर लाफ्टर चैलेंज ते शिरकत करके पूरे देश ते हरमन प्यारे कलाकार दे तौर ते स्थापित हो गए। पिछले 10 सालां विच बेशुमार ਕੰਮ ਕਰਨ ਵਾਲੇ ਰਾਜੀਵ ਠਾਕੁਰ ਦਾ ਕਹਿਣਾ ਹੈ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਹਨਾਂ ਸਮੇਤ ਅੰਮ੍ਰਿਤਸਰ ਦੀ ਧਰਤੀ ਤੋਂ ਗਏ ਦੂਸਰੇ ਸਾਥੀ ਕਲਾਕਾਰਾਂ ਨੇ ਵੀ ਕਾਮੇਡੀ ਵਿੱਚ ਆਪਣੀ ਛਾਪ ਛੱਡੀ ਹੈ। ਕਾਮੇਡੀ ਦਾ ਪੂਰਾ ਇੱਕ ਈਰਾ ਅੱਜ ਅੰਮ੍ਰਿਤਸਰ ਦੇ ਕਲਾਕਾਰਾਂ ਦੇ ਨਾਮ 'ਤੇ ਹੈ। ਰਾਜੀਵ ਠਾਕੁਰ ਨੇ ਆਪਣੇ ਆਪ ਨੂੰ ਇੱਕ ਕਾਮੇਡੀਅਨ ਦੇ ਤੌਰ 'ਤੇ ਹੀ ਆਪਣੇ ਆਪ ਨੂੰ ਸੀਮਿਤ ਨਹੀਂ ਕੀਤਾ, ਉਹਨਾਂ ਨੇ ਉਸ ਤੋਂ ਅੱਗੇ ਨਿਕਲ ਕੇ ਇੱਕ ਬਿਹਤਰੀਨ ਕਲਾਕਾਰ ਦੇ ਤੌਰ 'ਤੇ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ। ਜਦੋਂ ਦੇ ਅਸੀਂ ਇੱਥੋਂ ਗਏ ਹਾਂ, ਲਾਫਟਰ ਚੈਲੇਂਜ ਤੋਂ ਲੈ ਕੇ ਕਾਮੇਡੀ ਸਰਕਸ, ਕਪਿਲ ਦੇ ਸ਼ੋਅ 'ਚ, ਫਿਰ ਬਚਪਨ ਦੇ ਮਨ 'ਚ ਰਹਿੰਦਾ ਸੀਗਾ ਨਾ ਕਿ ਯਾਰ ਫਿਲਮਾਂ 'ਚ ਤਾਂ ਆਉਣਾ ਹੀ ਚਾਹੀਦਾ ਨਾ। ਥੋੜ੍ਹਾ ਜਿਹਾ ਵੈਸੇ ਜਿਹੜਾ ਵੀ ਬੰਦਾ ਕਦੀ ਵੀ ਨਹੀਂ ਸੋਚ ਕੇ ਜਾਂਦਾ ਕਿ ਉਹਨੂੰ ਰਾਈਟਰ ਬਣਨਾ, ਡਾਇਰੈਕਟਰ ਬਣਨਾ ਜਾਂ ਪਿਓ ਦਾ ਰੋਲ ਕਰਨਾ, ਦੋਸਤ ਦਾ, ਹਮੇਸ਼ਾ ਹਰ ਬੰਦੇ ਦੇ ਮਨ 'ਚ ਤਾਂ ਮਨਾ ਰਹਿੰਦੀ ਹੀਰੋ ਬਣਨਾ, ਉਹ ਬਣੇ ਨਾ ਬਣੇ, ਲੇਕਿਨ ਜਦੋਂ ਕੋਈ ਚੰਗਾ ਰੋਲ ਆਉਂਦਾ ਹੀਰੋ ਜੇ ਵਰਗਾ, ਆਦਮੀ ਦਾ ਫਿਰ ਦਿਲ ਕਰਦਾ ਕੰਮ ਕਰ ਛੱਡ ਕੇ ਕੀਤਾ ਜਾਵੇ। ਹੁਣ ਉਹਨਾਂ ਨੂੰ ਲੋਕ ਸੰਜੀਦਾ ਕਲਾਕਾਰ ਦੇ ਤੌਰ 'ਤੇ ਵੀ ਜਾਣਦੇ ਹਨ। ਹਾਲ ਵਿੱਚ ਆਈਆਂ ਉਹਨਾਂ ਦੀਆਂ 2 ਹਿੱਟ ਫਿਲਮਾਂ ਜਿੰਦੂਆ ਅਤੇ ਲਾਹੌਰੀਆ ਵਿੱਚ ਉਹਨਾਂ ਦੇ ਕੰਮ ਦੀ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ। ਲੋਕ ਉਹਨਾਂ ਦੀ ਐਕਟਿੰਗ ਦੇ ਇਸ ਪੱਖ ਨੂੰ ਦਿਲੋਂ ਸਰਾ ਰਹੇ ਹਨ। ਇੱਕ ਕਲਾਕਾਰ ਵਾਸਤੇ ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ ਕਿ ਲੋਕ ਉਹਨਾਂ ਦੇ ਕੰਮ ਨੂੰ ਪਸੰਦ ਕਰਨ ਅਤੇ ਉਹਨਾਂ ਨੂੰ ਇੱਕ ਸ਼ਖਸੀਅਤ ਦੇ ਤੌਰ 'ਤੇ ਆਪਣੇ ਦਿਲਾਂ ਦੇ ਵਿੱਚ ਵਸਾਉਣ। ਰਾਜੀਵ ਠਾਕੁਰ ਸੱਚਮੁੱਚ ਇੱਕ ਸ਼ਖਸੀਅਤ ਬਣ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ।